ਸਤਿ ਸ਼੍ਰੀ ਅਕਾਲ ਜੀ, ਸਵਾਗਤ ਕਰਦੇ ਹਾਂ ਤੁਹਾਡਾ ਪੰਗੂ ਬਲੌਗ ਦੇ ਵਿੱਚ। ਅਤੇ ਗੱਲ ਆ ਇੱਦਾਂ, ਇੱਕ ਖੜ੍ਹੀ ਆ ਗੱਡੀ ਆਹ, ਅਤੇ ਇੱਕ ਖੜ੍ਹੀ ਆ ਆਹ, ਅਤੇ ਇੱਕ ਖੜ੍ਹੀ ਆ ਆਹ ਰਾਣੀ ਸੰਦਰਾਂ। ਆਹ ਨਵੀਂ ਪਾਈ ਆ ਬਾਈ, ਇਹ ਪਾਈ ਆ ਆਪਣੇ ਮਾਸੀ ਦੇ ਮੁੰਡੇ ਨੇ। ਅਤੇ ਮੈਂ ਤਾਂ ਵੀਡੀਓ ਬਣਾ ਰਿਹਾ, ਅਤੇ ਤਰਪਾਲਾਂ ਪਾਣੀਆਂ ਹੁਣ ਆਪਾਂ ਨੇ ਨਾ ਭਰਾ, ਇਹ ਮਨੀਕਰਨ ਸਾਹਿਬ ਜਾਣੀ ਆ ਇੰਟਾਂ, ਅਤੇ ਨਾਲ ਸੰਗਤ ਜਾਣੀ ਆ। ਇਹਦੀ ਗੱਡੀ ਦੇਖੋ ਅੰਦਰੋਂ, ਇਹ ਵੀ ਆਪਣੇ ਵਾਂਗ ਚੌਂਕੀ ਆ, ਇਹਨੇ ਫਰਿੱਜ ਫਰੁੱਜ ਸਭ ਲਵਾਇਆ ਵਾ ਅੰਦਰ। ਦੂਰ ਵੀ ਹੁੰਦੇ ਹੈਗਾ ਚਾਚਾ, ਫੌਜੀ ਵਾਲੀ ਚੱਕੀ ਫਿਰਦਾ ਹੈ। ਮਿੱਤਰੋ, ਆਪਾਂ ਨੂੰ ਆ ਗਿਆ ਸੀਗਾ ਬਾਈ ਦਾ ਫੋਨ, ਕਹਿੰਦਾ ਬਾਈ ਯਾਰ ਮੈਂ ਮਿਲਣਾ ਯਾਰ ਤੈਨੂੰ, ਕਹਿੰਦਾ ਮੈਂ ਟਰਾਂਸਪੋਰਟ ਨਗਰ ਖੜਿਆ। ਮੈਂ ਕਿਹਾ ਠੀਕ ਖੜਾ ਵੀਰੇ, ਮੈਂ ਆ ਗਿਆ, ਨਾਲੇ ਸ਼ਕਲ ਦਿਖਾਉਣੇ ਦੀ ਹਾਲਤ 'ਚ ਵੀ ਨਹੀਂ ਹੈਗਾ, ਨਾਤਾ ਦੋਸਤਾ ਵੀ ਨਹੀਂ। ਮੈਂ ਕਿਹਾ ਚੱਲ ਯਾਰ ਬਾਈ ਨੂੰ ਮਿਲਿਆ ਜੀ, ਕਹਿੰਦਾ ਬਾਈ ਮਾਣ ਨਾਲ ਫੋਨ ਕਰਦਾ। ਇੱਥੇ ਕੁ ਜਗ੍ਹਾ 'ਤੇ ਖੜਾ ਬਾਈ, ਉਹ ਲੋਕੇਸ਼ਨ ਭੇਜੀ ਸੀਗੀ ਮੈਤੋਂ, 2 ਕਿਲੋਮੀਟਰ ਦਾ ਲੋਕੇਸ਼ਨ ਉਹਦੀ। ਬਾਕੀ ਫੋਨ ਕਰਦੇ ਹਾਂ ਬਾਈ ਨੂੰ। ਆਉਂਦਾ ਬਾਈ ਚਿੱਟੇ ਭਰਨੇ ਵਾਲਾ, ਉਹਦੀ ਬਾਈ ਦੀ ਗੱਡੀ ਖੜੀ ਹੋਣੀ ਆ ਉੱਥੇ, ਕਲਰ ਹੋ ਗਿਆ ਤਾਂ ਉਹ ਉੱਥੇ। ਬਾਈ ਦੇਖ ਕੇ ਸੜਕ ਪਾਰ ਕਰੀ, ਆ ਗਿਆ ਬਾਈ ਆਪਣਾ। ਕਿਆ ਹਾਲ ਹੈ? ਠੀਕ ਹੈ। ਰਾਤ ਆਇਆ ਤਾਂ? ਰਾਧਾ ਕਿਹੜੀ ਗੱਡੀ ਆ? ਆ ਸਭ ਤੋਂ ਪਿੱਛੇ ਹੀ ਖੜੀ ਜੀ। ਸੋਨੂੰ ਨੂੰ ਵੀ ਮਿਲਿਆ? ਅੱਛਾ, ਤਾਂ ਹੀ ਵਟਸਐਪ ਪਰ ਫੋਟੋ ਲਾਈ ਆ ਨਾ ਦੀ। ਠੀਕ ਆ, ਮੈਂ ਉੱਠਦਾ 6 ਵਜੇ। ਅੱਛਾ, ਜਤਿੰਦਰ ਭਾਈ ਕਿਹੜੀ ਗੱਡੀ ਚਲਾਉਂਦਾ? 1484 ਚਲਾਉਂਦਾ ਨਾ, 1484 ਉਹ ਵੀ ਗੱਡੀ ਉੱਧਰ ਖੜੀ ਸੀ, ਇੱਧਰ ਲਾ ਕੇ ਆਇਆ ਮੈਂ। ਆਹ ਕੰਡੇ ਵਾਲੇ ਦੀ ਗੱਡੀ ਚਲਾਉਂਦਾ, ਆਹ ਕੰਡੇ ਦੀ ਖੜੀ ਗੱਡੀ। ਆਹ ਨਾ ਵੀ, ਮੈਂ ਕਿਹਾ ਬਾਈ ਨੂੰ ਚਾਹ ਪਾਣੀ ਦਾ ਪਿਲਾ ਦਈਏ। ਰਾਜੇ ਦੇ ਘਰ ਦੇ ਕੋਲ ਆਇਆ, ਉਹ ਇੱਥੇ ਨੂੰ ਜਾਂਦਾ ਰਾਜੇ ਦੇ ਘਰ ਦੀ, ਇਹ ਉੱਥੇ ਨੂੰ ਰਸਤਾ ਹੁਣ ਹੈ, ਪਤਾ ਨਹੀਂ ਘਰੇ ਉਹ ਨਹੀਂ। ਚਾਹ ਪਿਆਣੀ ਪੀ ਕੇ ਇਹ ਚੱਲਦੇ ਆਪਾਂ, ਫਿਰ ਦਿਖਾਉਂਦੇ ਹਾਂ ਤੁਹਾਨੂੰ ਗੱਡੀ। ਰਸੇ ਤਰਪਾਲ ਪਾਉਣ ਲੱਗੇ ਵੇ ਦੇ, ਮਨੀਕਰਨ ਸਾਹਿਬ ਜਾਣਾ ਉਹਨਾਂ ਨੇ। ਚਾਹ ਪਾਣੀ ਪਿਲਾ ਦਾ ਬਾਈ ਨੂੰ, ਅਤੇ ਹੁਣ ਚੱਲਦੇ ਹਾਂ ਆਪਾਂ ਘਰੇ। ਇਹ 2 ਦਿਨ ਕੰਮ ਆ ਛੋਟੇ ਛੋਟੇ ਜੋ ਕਰਨੇ ਆ, ਇੱਕ ਤਾਂ ਆਧਾਰ ਕਾਰਡ ਜਿਹਾ ਬਣਵਾਉਣਾ ਕੁੜੀ ਦਾ, ਬਣਵਾ ਕੇ ਫਿਰ ਮਿਲਦੇ ਹਾਂ ਤੁਹਾਨੂੰ ਜਿੰਮ 'ਚ ਸਿੱਧਾ। ਮੈਂ ਵੀ ਬਾਈ ਨੂੰ ਛੱਡਦਾ ਆਪਾਂ ਬਾਈ ਦੀ ਗੱਡੀ ਕੋਲ, ਅਤੇ ਹੁਣ ਚੱਲਦੇ ਆਪਾਂ ਘਰੇ। ਬੰਦਾ ਸਾਡਾ ਫਸ ਗਿਆ ਬਾਈ, ਕਹਿੰਦਾ ਮੇਰੇ ਤੋਂ ਆਇਆ ਨਹੀਂ ਜਾਂਦਾ ਪੈਰ ਪਰ। ਮੈਂ ਕਿਹਾ ਇੱਕ ਪੈਰ ਇੱਧਰ ਰੱਖ, ਇੱਕ ਉੱਧਰ ਰੱਖ, ਤੈਨੂੰ ਲਵਾਵਾਂ ਮੈਂ ਸਰਕਸ ਵਾਲਿਆਂ ਵਾਂ। ਯੂਟਿਊਬ ਪਰ ਪਏਗੀ। ਉਹ ਵਾਧੂ ਹਵਾ ਲੱਗਣੀ, ਤੁਸੀਂ ਉਹ ਕਰਨਾ ਤਾ ਨਾ, ਹੋਲਡ ਹੋਲਡ ਕਰ ਦੇਣਾ ਤਾ ਥੱਲੇ ਦਾ, ਆ ਜਾ
ਉਹਨੇ ਜਾਣਾ ਦਾ। ਹੈਲੋ ਥੱਲੇ ਤਾਂ ਆ ਜਾ, ਪਾਣੀ ਥੱਲੇ ਆ, ਇਹਨੂੰ ਪਿਲਾਉਂਗਾ। ਅਗੋ ਉੱਪਰੇ ਲਿਆਵਾਂ, ਹੁਣ ਦਿਖਾਉਂਦੇ ਹਾਂ ਤੁਹਾਨੂੰ ਗੱਡੀ ਇਹਦੀ ਅੰਦਰ ਦੇ। ਬਾਈ ਨੇ ਲਵਾਇਆ ਵਾ ਕੈਮਰਾ ਅੱਗੇ ਰਿਕਾਰਡਿੰਗ ਵਾਸਤੇ। ਹਾਂ ਕਿੱਥੇ ਲਿਆਵਾਂ ਝੰਡੀਆਂ? ਸਟੀਅਰਿੰਗ ਦੇਖ ਲਓ ਕਿਹੋ ਜਿਹਾ ਲਵਾਇਆ। ਕਿੱਥੇ ਪਈਆਂ ਝੰਡੀਆਂ? ਕਿਹਦੇ ਚ? ਆਹ ਖੋਲਦਾ ਨੀ ਨਾ। ਫਰਿੱਜ ਦਿਖਾਉਂਦੇ ਹਾਂ ਬਾਈ ਦੀ, ਗੋਦਰੇਜ ਕੰਪਨੀ ਦੀ ਲਵਾਈ ਬਾਈ ਨੇ ਫਰਿੱਜ। ਠੰਡਾ ਠੁੰਡਾ ਵਿੱਚੇ ਸਭ ਕੁਛ ਵਿੱਚੇ ਪਿਆ, ਤਰਾਂ ਅਮਰੂਦ। ਚਾਚਾ ਲੱਗੀ ਵੀ ਕਾਬਰ ਆ, ਇਨਵੇਟਰ ਲਵਾਇਆ? ਇਨਵੇਟਰ ਲਵਾਇਆ ਹੈ। ਹਾਂ ਅਦਾ ਹਾਲੇ ਸੈਟਿੰਗ ਜੀ ਨਹੀਂ ਆ, ਪਪੀਤੇ ਪਪੂਤੇ ਖਾ ਕੇ ਰੱਖੀ ਫਿਰਦਾ। ਸਟੇਅਰਿੰਗ ਦੇਖੋ ਬੰਦੇ ਨੇ ਕਿਹੜਾ ਲਵਾਇਆ ਹੈ। ਫੇਰ ਆ ਗਏ ਆਪਾਂ, ਪਾਣੀ ਪੂਣੀ ਭਰ ਰਹੇ ਹਾਂ। ਇੱਕ ਇਹਦੇ ਅੰਦਰ ਟੈਂਕ ਲਵਾਇਆ ਵਾ ਇਹਨੇ ਉਹ ਪਾਣੀ ਵਾਸਤੇ। ਹੈ ਇੱਕ ਪਿੱਛੇ ਟੈਂਕੀ ਲਵਾਈ ਵੀ ਆ, ਉਹ ਦੇਖੋ ਸ਼ੀਸ਼ੇ 'ਚ ਨੂੰ ਭਰਦਾ ਪਿਆ ਬੰਦਾ, ਪੈਪ ਲਾ ਕੇ ਘਰੋਂ। ਪਾਣੀ ਦਾ ਜੁਗਾੜ ਤਾਂ ਬਹੁਤ ਕਰ ਲਿਆ ਇਹਨੇ। ਮੈਂ ਕਹਿੰਦਾ 40-50 ਲੀਟਰ ਪਾਣੀ ਇਹਦੇ 'ਚ ਹੋਣਾ, ਇਹ ਸੀਟ ਦੇ ਥੱਲੇ ਟੈਂਕ ਲਵਾਇਆ ਵਾ, ਅਤੇ 30-40 ਪਿੱਛੇ ਹੀ ਹੋਣਾ। ਚਲਾਈ ਦਾ ਐਨ ਮਸਤ ਹੈ। ਕਿਆ ਹੋ ਗਿਆ? ਇੱਟਾਂ ਦੀ ਭਰੀ ਵੀ ਆ ਗੱਡੀ, ਮਨੀਕਰਨ ਸਾਹਿਬ ਜਾਣੀ ਆ, ਸਾਰੀ ਇੱਟਾਂ ਦਾ ਅੰਚ। ਜਿਹੜੀ ਆਪਣੇ ਵਾਲੀ ਗੱਡੀ ਆ ਉਹਦੇ 'ਚ ਦੋ ਬਟਨ ਆ, ਲਾਈਟ ਔਰ ਹੈਵੀ। ਇਹਦੇ 'ਚ ਦੇ ਤੇ ਇਹਨਾਂ ਨੇ 3 12 ਡੈਰੀ 'ਚ। ਉਹ ਤੇਰਾ ਭਲਾ ਹੋ ਜੇ ਪ੍ਰੈਸ਼ਰ ਉਹ ਚੱਲ ਗਿਆ ਤਾ। ਇਹਨੇ ਸਟੀਅਰਿੰਗ ਵੀ ਐਡਜਸਟੇਬਲ ਕਰਾਇਆ ਵਾ ਅੱਗੇ ਪਿੱਛੇ ਆਉਣੇ ਵਾਲਾ, ਅਤੇ ਮੀਟਰ ਇਹਦੇ ਇਹ ਹਵਾ ਵਾਲੇ ਮੀਟਰ ਆ ਇਹਦੇ। ਜਦ ਤੱਕ ਇਹਦੇ ਪਾਰਕਿੰਗ ਲਾਈਟ ਬੰਦ ਨਹੀਂ ਹੁੰਦੀ, ਜਦ ਤੱਕ ਨਹੀਂ ਗੱਡੀ ਤੁਰਦੀ। ਅਤੇ ਇਹ ਕੈਮਰੇ ਦੀਆਂ ਰਿਕਾਰਡਿੰਗਾਂ, ਜਿਹੜੀਆਂ ਪਿੱਛੇ ਵਾਲਾ ਕੈਮਰਾ ਇਹਦੇ 'ਚ ਚੱਲਦਾ, ਹੁਣ ਇਹਨੂੰ ਪਤਾ ਵੀ ਕਿੱਥੇ ਚੱਲਦਾ। ਇੱਕ ਕੈਮਰਾ ਆਹ ਏ ਲਵਾਇਆ ਵਾ ਇਹਨੇ, ਅਤੇ ਆਹ ਏ ਰੂਬੀ ਵੀਰਾ ਇਹਦੀ ਗੱਡੀ ਆ। ਅਰੇ ਫਿਰ ਦਾ ਤੁਹਾਨੂੰ ਦਿਖਾਉਂਦੇ ਹਾਂ। ਅਤੇ ਡੈੱਕ ਲਵਾ ਲਿਆ ਇਹਨੇ, ਡੈੱਕ ਦਾ ਇਹਦੇ 'ਚ ਜਾਣਦਾ ਪਿੱਛੇ ਕੈਮਰਾ ਤਾਂ ਚੱਲਿਆ ਨਹੀਂ। ਆਪਣੇ ਵਾਲੇ ਘੋੜੇ ਦੇ ਮੂਹਰੇ ਹੀ ਲਾ ਦੀ ਆਪਾਂ ਨੇ, ਉੱਥੇ ਦਬ ਦੀ ਦੀ ਗੱਡੀ। ਹੋ ਗਏ ਦੋਏ ਇੱਕੋ ਜਿਹੀਆਂ, ਦੋਏ ਭੈਣਾਂ ਇੱਕੋ ਜਿਹੀਆਂ। ਮੈਨੂੰ ਆਈ ਆਵਾਜ਼ ਚੜਕ ਚੜਕ ਦੀ, ਮੈਂ ਕਿਹਾ ਦਬ ਦੀ ਆ ਗੱਡੀ। ਠੀਕ ਆ ਆਈਏ ਵੀਰ ਜੀ, ਝੰਡੀ ਪਈ ਆ ਚੱਕ ਲਾ ਸਾਰੀ, ਠੀਕ ਕਰ ਇਹਨੂੰ ਕਰਦੇ ਆ ਠੀਕ। ਝੰਡੀ ਨੀ ਆ, ਕੱਲਾ ਸਪਰਿੰਗ ਆ। ਉਹ ਜਾਟ ਬੋਏ ਕਾਹਦੇ ਲਿਖਵਾਤਾ ਪਿੱਛੇ? ਹਾਂ ਬਈ ਜਾਟ ਬੋਏ ਕਾਹਦੇ ਲਿਖਾਤਾ ਪਿੱਛੇ? ਮੈਂ ਕਿਆ ਲਿਖਾਇਆ ਵਾ,
जट दे टकाने बलिए रब भी ना जाने बलिए आ चीज जाट गलत लिखवा लिया यार जट लिखने का। चलो कोई नहीं इटा देख लो बच्चे दे। इटा दे उपर गद्दे पिछे नारियल भरे हुए हैं। सेहत का भी ज्यादा जरूरी ध्यान रखना चाहिए है ना। आ लो आई जैक ने एक दो दो रहे हैं दो सेंटर च जैक ये जैक है भी जमें कोई माल लदना ना ये जैक उपर उड़ जाएंगे थले हवा लगती रहूगी। तो आ नाट खोल दो ये आ सारे खाने जैक वो आ नाट आ खोल दो थले माल न हवा लगती रहती है। वो चाचा मेरा परना रह गया था और सर हम किधर दी भरनी है बाबे से जाना हैंग जो ही फिरते हैं सारे ही हैंग ना होया करो चाचा हैंग होने वाला काम गलत आ। चल आ जा हूं धुप च बैठा कद कुछ कह दिता कदे परमिट लिया कदे फलानी चीज लिया। चल यदी आ लट बैटरिया बूटरिया सैट करा दे गलत काम कर लिया। इनवेटर कितने लगे बच ए ये इनवेटर आ बई आवी देखो आवी जैक लगे हुए आ एक उधर आ एक उधर किन्ने जैक टोटल चाचा अठ अठ जैक फिर वो जाल उपर उठ जाता थले हवा लगती है जिदा कि सू दस है ना चो ये मंजा बनवाने वास्ते वो कर रबड़ का मंजा बनूगा राजस्थान च जाके तो कहना शाम को बैठ के पैग पुग लाया करा ये बोतल फसाओ उधर देखिए उधर क्या चाचा चेंज करा के लिया इधर टेंकी एक्स्ट्रा लवाई भी इन्हें ये भी फुल चाचा फुल करी फिर पट्टू मैं कहना किन्ने दिन हो गए चाचा गड्डी आई नूं हाँ पहला बाबे से जाके जाता मैं भी थोड़े नाल पर मैनू ब्याह आ गया साले दा ब्याह भी जरूरी है। हाँ कहना दो तरीक नू जाना ते बाकी BS6 गड्डी है भाई परांदियां परुंदियां राजस्थान च ही दसूंगा ठिकाने थानू मैं जिथों मिलदी है ना बड़िया बड़िया हाँ वो लाओ ये तो छोटी छोटी जी लवा लिया और देख मैं किड्डी किड्डी लवाई भी हाँ खोली चाचा एक मिनट अच्छा कोई नहीं ले जो नाल इधरों अंदरों देख लो भाई गड्डी चाचा स्टेयरिंग इन बदलाना पैना मैं थोड़ा उच्च से लेकर उरे तक करी भैन बड़ा टाइट घूमया है आना जैकों का सिस्टम इतों जैक दबू किली जैक सार जाल उपर चक दें तो पहला देख लिया बाकी